ਮੰਮੀ ਹਾਂ ਭਾਬੀ ਜੀ ਕਿੱਥੇ ਆ? ਕੱਪੜੇ ਪਾ ਕੇ ਪਤਾ ਨਹੀਂ ਸਵੇਰ ਦੀ ਪੇਕਿਆਂ ਨੂੰ ਗਈ ਜਾਪਦੀ। ਲੈ ਤੇ ਮੈਂ ਉਹਨੂੰ ਕਿਹਾ ਸੀ ਮੇਰੇ ਨਾਲ ਅੱਜ ਸ਼ਹਿਰ ਜਾਈ, ਥੋੜ੍ਹਾ ਜਿਹਾ ਸਮਾਨ ਲਿਆਉਣਾ ਸੀ, ਤੇ ਮੈਂ ਤਿਆਰ ਹੋ ਕੇ ਆਈ ਹਾਂ ਮਾਰ, ਤੇ ਆਪ ਪਿੰਡ ਚ ਗਈ, ਦੱਸਿਆ ਵੀ ਨਹੀਂ। ਤਾਂ ਮੈਨੂੰ ਕਿਹੜਾ ਕੋਈ ਪੁੱਛਦਾ ਕਿਸੇ ਦਾ, ਜਦੋਂ ਨੂੰ ਮਰਜ਼ੀ ਤੁਰ ਪਿਆ ਪਾ ਕੇ ਕੱਪੜੇ। ਹੱਦ ਹੀ ਹੋਈ ਆ, ਜੋ ਗੌਰਵ ਨੂੰ ਕਿਹਾ ਸੀ ਤੇ ਉਹ ਵੀ ਕੰਮ ਗਿਆ, ਉਹ ਵੀ ਨਹੀਂ ਆਇਆ ਅਜੇ। ਕਿੰਨਾ ਸੌਦਾ ਖਤਮ ਹੋਇਆ, ਇੱਕ ਤਾਂ ਚੀਜ਼ਾਂ ਹੋਰ ਵੀ ਲਿਆਉਣੀਆਂ ਸੀ। ਮੈਨੂੰ ਕਿਹੜਾ ਉਹਨਾਂ ਦੱਸ ਕੇ ਜਾਣਾ, ਮਹੀਨਾ ਹੋ ਗਿਆ ਵਾ ਇਹੋ ਕੁਛ, ਕਦੀ ਉਹ ਆ ਗਏ ਕਦੀ ਇਹ ਚੱਲ ਗਏ, ਦੋਵੇਂ ਜੀ ਸਲਾਹ ਕਰ ਲੈਂਦੇ, ਪਤਾ ਹੀ ਨਹੀਂ ਵੀ ਕੀ ਪੱਕੀਆਂ ਪਕਾਉਂਦੇ ਫਿਰਦੇ ਆ। ਮੈਨੂੰ ਤਾਂ ਸਮਝ ਨਹੀਂ ਲੱਗਦੀ ਵੀ ਮੇਰੇ ਘਰ 'ਚ ਹੋਣ ਕੀ ਵਿਆਹ ਵਾ, ਕੀ ਪਤਾ। ਨਾ ਕਿਸੇ ਦੀ ਮੈਂ ਤਾਂ ਕੰਮ ਵੀ ਅੱਧਾ ਵਿੱਚ ਛੱਡ ਹੀ ਫਟਾਫਟ ਤਿਆਰ ਹੋ ਗਈ ਵੀ ਮੁੜ ਕੇ ਧੁੱਪ ਚੜ ਜਾਂਦੀ, ਜੀ ਨਹੀਂ ਕਰਦਾ। ਨਾ ਕਿਸੇ ਸੁਰ ਤੇ ਨਾ ਕਿਸੇ ਸਲਾਹ, ਜੋ ਲੈਣੀ ਨਹੀਂ ਤੇ ਮੈਂ ਕੀ ਦੱਸਣਾ ਤੁਹਾਨੂੰ। ਚੱਲ ਛੱਡੋ ਇੰਨਾ ਗੱਲਾਂ ਨੂੰ, ਮੈਨੂੰ ਤਾਂ ਹੋਰ ਫਿਕਰ ਪਿਆ ਵਾ ਬੀਬੀ ਜੀ ਸਮਨ ਘਰ ਆਏ। ਮੈਂ ਤੇ ਚੱਲ ਦਵਿੰਦਰ ਦੇ ਹੁੰਦਿਆਂ ਗੱਲ ਨਹੀਂ ਕੀਤੀ ਵੀ ਅਸੀਂ ਤੇ ਅੱਜ ਤੱਕ ਕਦੀ ਪੈਲੀ ਤੇ ਪੈਸਾ ਲਿਆ ਨਹੀਂ ਆ, ਕਦੀ ਪੈਲੀ ਗਹਿਣੇ ਕੀਤੀ। ਚਲੋ ਮਾਂ ਦਾ ਸੁੱਖ ਰੱਖੇ ਮੇਰੀ ਰਹੀ ਆ, ਤੇ ਫਿਰ ਗੌਰਵ ਦੇ ਸਹਿਣ ਦੇ ਵਿੱਚ ਹੋਏ ਉਹ ਕਿੱਦਾਂ ਹੋ ਗਈ ਲੱਗ ਜੂ, ਪਤਾ ਪਤਾ ਲੱਗ ਜੋ ਸਮਣ ਹੀ ਆ ਗਿਆ, ਪਤਾ ਤਾਂ ਲੱਗਣਾ ਹੀ ਲੱਗਣਾ ਵੀ। ਸੱਚ ਪੁੱਛੋ ਮੇਰਾ ਤਾਂ ਕੋਈ ਕੰਮ ਨਹੀਂ ਕਰਨ ਜੀ ਲੱਗ ਜੂ ਕਰਦਾ ਪਤਾ ਵੀ ਮੁੰਡੇ ਦੇ ਹਿੱਸੇ ਉਹ ਤੇ ਅੱਧਾ ਪੌਣਾ ਕਿੱਲਾ ਆਉਂਦਾ ਵਾ, ਤੇ ਕਦੇ ਉਹਦੇ ਨਾਲ ਵੀ ਕੋਈ ਹੇਰਾ ਫੇਰੀ ਹੋ ਗਈ ਤੇ ਅਸੀਂ ਕਾਹਦੇ ਚੋਂ ਕਿਹਾ। ਇਹੋ ਹੀ ਜਾਣਨ, ਕੋਈ ਗੱਲ ਨਹੀਂ ਲੱਗ ਜੂਗਾ ਪਤਾ। ਮੇਰੀ ਗੱਲ ਸੁਣੋ, ਜੋਬਨ ਕਿੱਥੇ ਆ? ਜੋਬਨ ਬੰਬੀ ਨੂੰ ਗਿਆ ਵਾ, ਜਿਹੜੇ ਕਾਗਜ਼ ਨਹੀਂ ਆਏ ਗੋਰੇ ਨੇ ਫੋਟੋਆਂ ਖਿੱਚੀਆਂ ਉਹਨਾਂ ਦੀਆਂ, ਤੇ ਅੱਜ ਆਧਾਰ ਕਾਰਡ ਕਢਾਉਣ ਗਿਆ ਵਾ ਨਾ, ਤੇ ਮੈਂ ਹਾਂ ਉੱਥੋਂ ਪਤਾ ਕਰਕੇ ਆਈ ਵੀ ਇਹ ਕਾਹਦੇ ਕਾਗਜ਼ ਵਾ, ਕੀ ਹਿਸਾਬ ਕਿਤਾਬ ਵਾ। ਚਲੋ ਵਧੀਆ ਗੱਲ ਵਾ, ਉਹਨਾਂ ਨੂੰ ਨਹੀਂ ਦੱਸਿਆ, ਗੱਲ ਨਾ ਕਰਦੀ ਚੋਰੀ ਪੁੱਛੀ ਖਿੱਚੀਆਂ ਵਾ, ਇੱਥੇ ਧਿਆਨ ਹੀ ਨਹੀਂ ਦਿੰਦੇ। ਜੋ ਮੈਨੂੰ ਮੈਂ ਇੰਨਾ ਕਿਹਾ ਵੀ ਬੈਂਕ 'ਚ ਜਾ ਨਾਲ ਤੇ ਪਤਾ ਕਰਕੇ ਆ, ਤੂੰ ਤਾਂ ਤੁਰਦਾ ਨਹੀਂ। ਗੌਰਵ ਮੈਂ ਤੂੰ ਕਿਹੜਾ ਨਿਆਣਾ ਵਾ, ਉਹ ਤਾਂ ਤੇਰੇ ਸਹਿਣ ਹੋਏ, ਆਪ ਕਾਰਵਾਈ ਸਾਰੀ ਕਰ, ਸਾਰਾ ਪਤਾ ਕਰ ਉੱਥੋਂ। ਮੈਂ ਕਿਹਾ ਦੱਸਣਾ ਮੇਰੀ ਕਿਹੜੀ ਸਲਾਹ ਵਾ। ਆਹੋ ਗੌਰਵ ਆਊਗਾ ਤਾਂ ਫਿਰ ਹੀ ਪਤਾ ਲੱਗੂਗਾ। ਚੱਲ ਠੀਕ ਆ, ਮੈਂ ਤਾਂ ਕੰਮ ਵੀ ਨਹੀਂ ਪੂਰਾ ਕੀਤਾ, ਮਾਰ ਤਿਆਰ ਹੋ ਕੇ ਆ ਗਈ ਹਾਂ ਵੀ ਸ਼ਹਿਰੋਂ ਹੋਈ ਹੈ ਠੰਡੇ ਠੰਡੇ, ਤੇ ਮੈਨੂੰ ਦੱਸ ਕੇ ਵੀ ਨਹੀਂ ਕਹੀ ਵੀ ਮੈਂ ਜਾਣਾ। ਮਾਤਾ ਰੋਟੀ ਪਾਣੀ ਕਰ ਗਈ ਆ? ਰੋਟੀ ਪਾਣੀ ਤਾਂ ਬਣਾ ਗਈ ਆ, ਤੇ ਕਿੱਧਰ ਗਈ ਆ ਤੂੰ? ਹਵਾ ਨੂੰ ਖੁੱਲੀ ਛੁੱਟੀ ਦਿੱਤੀ ਆ। ਫਿਰ ਮੈਨੂੰ ਆਦੀ ਨਾਲ ਚੱਲ, ਮੈਂ ਗਿਆ ਹੀ ਨਹੀਂ, ਪੇਕਿਆਂ ਨੂੰ ਗਈ ਆਪਣੇ ਨੂੰ। ਮੈਨੂੰ ਪਤਾ ਪੇਕਿਆਂ ਨੂੰ ਗਈ, ਤੂੰ ਇੰਨੀਆਂ ਵਾਰਾਂ ਕਰ ਦਿੱਤੀਆਂ ਉਹਨੂੰ। ਚੱਲ ਮਾਤਾ 100 ਕੰਮ ਹੁੰਦੇ ਆ, ਤੇ ਮੈਂ ਤੂੰ ਵੇਖਿਆ ਵਾ ਵੀ ਕਣਕ ਤਾਂ ਵੱਢੀ ਗਈ ਤੇ ਮੀਂਹ ਪੈਣ ਡਿਆ, ਤੂੜੀ ਬੜੀ ਔਖੀ ਬਣਨੀ ਹੁਣ। ਤੂੰ ਤੂੜੀ ਦਾ ਛੱਡ, ਤੂੰ ਕਿਹੜੇ ਕੰਮ ਘਲਾਉਣਾ ਉਹ? ਉਹ ਮਾਤਾ ਉਹਦਾ ਨਾ ਆਧਾਰ ਕਾਰਡ ਲੱਭਣ ਡਿਆ। ਅੱਛਾ, ਉਹਨੇ ਉਹਨੇ ਲੱਭਣਾ ਜਾ ਕੇ ਆਧਾਰ ਕਾਰਡ ਤੋਂ ਕੰਮ ਦੇ ਦੇਣਾ, ਗੁੱਸਾ ਤਾਂ ਤੁਹਾਨੂੰ ਬੜਾ ਲੱਗਦਾ ਵਾ। ਇਸ ਮਹੀਨੇ ਦੇ ਵਿੱਚ 4 ਗੇੜੇ ਆਏ ਦੇ ਉੱਥੇ। ਮਾਤਾ ਉਹਦੇ ਪੇਕੇ ਆ, ਮੈਂ ਜਾਂਦਾ ਹੁਣ ਤਾਂ ਨਹੀਂ ਚੰਗਾ ਲੱਗਦਾ, ਕਿਉਂਕਿ ਜਦੋਂ ਦੀ ਵਾਲੀਆਂ ਦੀ ਗੱਲ ਹੋਈ ਮੈਨੂੰ ਚੁੱਭਦੇ ਬੜੇ ਹੋ, ਠੀਕ ਆ? ਉੱਥੋਂ ਮੈਂ ਖਪਦਾ ਆ ਤੇ ਤੂੰ ਰੋਟੀ ਪੁੱਛਣ ਦੀ ਬਜਾਏ ਤੂੰ ਹੋਰ ਗੱਲਾਂ ਕਰਨ ਲੱਗ ਪਈ। ਭਰਾਵਾ ਲੋਕ ਕੀ ਆਂਦੇ ਹੋਣਗੇ, ਪਰਸ ਪਾ ਕੇ ਤੀਜੇ ਦਿਨ ਜੇ ਮੈਂ ਉੱਥੇ ਚਲ ਗਿਆ ਨਾ ਜਦੋਂ ਦੀ ਵਾਲੀਆਂ ਦੀ ਗੱਲ, ਮੇਰਾ ਜੀ ਨਹੀਂ ਕਰਦਾ, ਸਹੁਰੇ ਤੇ ਮੇਰੇ ਹੀ ਆ, ਮੇਰਾ ਦਿਲ ਨਹੀਂ ਕਰਦਾ ਉੱਥੇ ਜਾਣ ਨੂੰ, ਰੋਟੀ ਖਾਣੀ ਭੁੱਖ ਲੱਗੀ ਆ, ਤੁਸੀਂ ਹੋਰ ਆਪਣੇ ਸਿਆਪੇ ਪੈ ਕੇ ਬਹਿ ਗਏ। ਮੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਆ ਗਈ ਆ ਸਾਰਾ ਦਿਨ ਲਗਾ ਕੇ। ਲੈ ਹਾਂ ਦੱਸ, ਜੋਬਨ ਵਿਹਲੇ ਵੀ ਤੇ ਬੈਠੇ ਜੇ,
ਬੰਦਾ ਫੋਨ ਹੀ ਕਰ ਲੈਂਦਾ ਵਾ ਵੀ ਆਉਣ ਵਾਲੀ ਆ, ਤੁਰ ਕੇ ਖਪ ਜਾਂਦੀ ਮੈਂ ਹਰ ਵਾਰੀ। ਜਦੋਂ ਤੇਰੇ ਪੇਕੇ ਨੇ ਕਰਤੂਤੇ ਇੱਦਾਂ ਦੀ ਕੀਤੀਆਂ, ਮੇਰਾ ਜਾਣ ਨੂੰ ਜੀ ਨਹੀਂ ਕਰਦਾ, ਇਹਨੇ ਮੈਂ ਨਾਲ ਨਾ ਜਾਵਾਂ। ਦੂਜੀ ਗੱਲ, ਵਿਹਲਾ ਬੈਠਾ, ਬਾਹਰ ਮੀਂਹ ਪੈਣ ਡਿਆ, ਕਣਕ ਵਢਾਈ ਆ ਤੇ ਹੁਣ ਤੂੜੀ ਬਣਾਉਣੀ ਆ, ਇਹਨੂੰ ਹੈ ਫਿਕਰ ਕੋਈ ਨਾ? ਸਾਰੇ ਫਿਕਰ ਤੁਹਾਨੂੰ ਹੀ ਆ, ਮੈਨੂੰ ਮਾਤਾ ਤੋਂ ਗੁੜਬੜ ਕਰੀ ਜਾਂਦੀ, ਰੋਟੀ ਮੈਂ ਆਪ ਆ ਖਾਧੀ ਉੱਥੇ। ਉਹਨਾਂ ਦਾ ਤੇ ਹਿਸਾਬ ਵੀ ਤੁਹਾਨੂੰ ਪਤਾ ਇਦਾਂ ਦਾ ਵਾ, ਤੁਸੀਂ ਗੱਲ ਆਂਦੀ ਚੌਥੇ ਦਿਨ ਤੁਰ ਪੈਂਦੀ, ਚੌਥੇ ਦਿਨ ਤੁਰ ਪੈਂਦੀ, ਜੇ ਉਹਨਾਂ ਦੇ ਕਰਤੂਤਾਂ ਨਿਕਲ ਤਾਂ ਨਾ ਜਾਵੇਂ ਤੂੰ ਉੱਥੇ। ਕਿਤੇ ਮੈਂ ਆਈ ਆ, ਸਤਣਾ ਤੇ ਮੈਨੂੰ ਚਾਹੀਦਾ, ਤੁਸੀਂ ਮੇਰੇ ਆਉਂਦਾ ਨੂੰ ਜ਼ਿਆਦਾ ਹੀ ਸਤੇ ਜੇ। ਉਹ ਸਤਾਣਾ ਤੇ ਕੀ ਕਰਾਂ, ਮਾਤਾ ਬੁੜਬੁੜ ਕਰਦੀ ਜੋ ਤੂੰ ਜਾਣੀ ਆ। ਉਹਨਾਂ ਦਾ ਹਿਸਾਬ ਹੀ ਇਦਾਂ ਦਾ ਵਾ, ਤੁਸੀਂ ਕਾਹਨੂੰ ਐਵੇਂ ਦਿਲ ਤੇ ਲਾਉਂਦੇ ਹੁੰਦੇ ਜੇ ਗੱਲ? ਨਹੀਂ ਦਿਲ ਤੇ ਲਾਵਾਂ ਨਾ, ਹਾਂ ਤਾਂ ਦੱਸ ਮੈਨੂੰ ਵੀ ਜਿੱਧਰ ਗਈ ਹੋ ਕੀ ਬਣਿਆ, ਉਹ ਦੱਸ ਮੈਨੂੰ। ਉਹ ਵੀ ਮਸਲਾ ਹੱਲ ਤੇ ਜੋਬਨ ਹੋ ਗਿਆ ਵਾ, ਪਰ ਇੱਕ ਗੱਲ ਆ। ਕਿਹੜੀ ਗੱਲ? ਤੁਹਾਡੀ ਇੱਕ ਸਲਾਹ ਲੈਣੀ ਆ, ਜੇ ਤੇ ਤੁਹਾਨੂੰ ਚੰਗੀ ਲੱਗੂ ਤੇ ਹਾਂ ਕਰਿਓ, ਨਹੀਂ ਤੇ ਐਵੇਂ ਬਹੁਤਾ ਗਰਮ ਨਾ ਹੋਇਓ। ਨਹੀਂ ਗੋਲਮੋਲ ਜੀ ਗੱਲ ਕਰਨੀ, ਸਿੱਧੀ ਗੱਲ ਜੋਬਨ, ਮੈਂ ਗੋਲਮੋਲ ਨਹੀਂ ਕਰਦੀ, ਤੁਸੀਂ ਮੇਰਾ ਸਾਥ ਦਿੱਤਾ ਵਾ, ਜਦੋਂ ਦੀ ਮੈਂ ਆਈ ਬਹੁਤ ਸਾਥ ਦਿੱਤਾ ਵਾ ਤੇ ਦਿੰਦੇ ਵੀ ਆਏ ਜੇ। ਮੈਂ ਤੇ ਬਾਹਰ ਵੀ ਇਹੋ ਸਿਫਤਾਂ ਕਰਦੀ ਹਾਂ ਕਿ ਮੇਰੇ ਘਰਵਾਲੇ ਦੇ ਨਾਲ ਦਾ ਕੋਈ ਘਰਵਾਲਾ ਨਹੀਂ ਹੈਗਾ, ਠੀਕ ਆ? ਗੱਲ ਇੱਦਾਂ ਵਾ, ਭਾਬੀ ਕਹਿੰਦੀ ਆ ਵੀ ਅਸੀਂ ਆਪਣੇ ਘਰ ਦੇ ਅੱਗੇ ਵੀ ਪੈਸੇ ਲੈਣ ਦੀ ਕੋਸ਼ਿਸ਼ ਕੀਤੀ ਆ, ਅਤੇ ਪਰ ਇਹ ਸਾਡੀ ਜਗ੍ਹਾ ਦੇ ਨਾਲ ਹੀ ਰਲਿਆ ਵਾ, ਹੈਂ? ਅਤੇ ਦੂਜੀ ਗੱਲ, ਉਹ ਕਹਿੰਦੀ ਆ ਮੈਂ ਆਪਣਾ ਗਹਿਣਾ ਸਾਰਾ ਜਿਹੜਾ ਨਾ ਵੇਚ ਦਿੰਦੀ ਹਾਂ, ਅਤੇ ਤੂੰ ਮੈਨੂੰ ਆਪਣੇ ਵਾਲਾ ਸੈੱਟ ਦੇ ਦੇ। ਦਵਿੰਦਰ, ਤੇਰੇ ਦਿਮਾਗ 'ਚ ਫਰਕ ਪੈ ਗਿਆ ਕੋਈ? ਹੈਂ, ਉਹ ਸਾਨੂੰ ਖਾਣ ਤੋਂ ਇਹ ਚਾਰੇ ਪਾਸੇ। ਉਹ ਨਹੀਂ ਜੋਬਨ, ਵੀਰ ਅਤੇ ਭਾਬੀ ਦੀ ਅੱਗੇ ਤਾਂ ਕਹਿੰਦੀ ਤੇਰੇ ਵੀਰ ਨੇ ਤੈਨੂੰ ਉਡਾਇਆ, ਆਂਦੀ ਮੇਰੀ ਗੱਲ ਇਹ ਆ ਵੀ ਪਹਿਲਾਂ ਮੈਂ ਤੇਰਾ ਗਹਿਣਾ ਛਡਾਊਂ, ਆਂਦੀ ਮੈਨੂੰ ਆਪਣਾ ਵੇਚਣਾ। ਭਾਬੀ ਆਂਦੀ ਵੀਰ ਨੇ ਤੈਨੂੰ ਉਡਾਇਆ? ਆਹੋ, ਆਂਦੀ ਜੇ ਵੇਚਣਾ ਵੀ ਪੈ ਗਿਆ ਮੈਂ ਆਪਣਾ ਵੇਚੂ, ਤੇ ਪਰ ਤੇਰਾ ਗਹਿਣਾ ਛਡਾ ਕੇ ਜਿੱਦਾਂ ਮੈਂ ਖੜੂੰਗੀ ਉਦਾਂ ਮੈਂ ਤੇਰੇ ਹੱਥੇ ਰੱਖੂੰਗੀ। ਅੱਛਾ, ਸਾਡੀ ਬਿਲੀ ਤੇ ਸਾਨੂੰ ਮਿਆਉਂ, ਦਵਿੰਦਰ ਸਮਝ ਹੀ ਕਿਉਂ ਨਹੀਂ? ਇਹ ਤੇ ਉਹ ਗੱਲ ਹੋ ਗਈ, ਅਸਮਾਨ ਤੋਂ ਡਿੱਗੇ ਖਜੂਰ 'ਚ ਅੜ ਗਏ। ਉਹ ਜੋਬਨ ਮੇਰੀ ਗੱਲ ਸੁਣੋ ਤੇ ਸਹੀ ਤੁਸੀਂ ਇੱਕ ਵਾਰੀ। ਕੀ ਸੁਣਾ ਤੇਰੀ ਗੱਲ, ਤੈਨੂੰ ਪਸਾਉਣ ਡਈ ਆ ਉਹ? ਫਿਰ ਉਹ ਮੇਰੀ ਗੱਲ ਸੁਣ, ਇੱਕ ਵਾਰੀ ਸਾਡਾ ਮਸਲਾ ਹੱਲ ਹੋ ਜੇ, ਇਹਨਾਂ ਦੀ ਲਿਮਿਟ ਖਲਾਸ ਹੋ ਜੇ, ਐਦੂਗਾ ਨਹੀਂ ਮੈਂ ਬੁਰੀ ਬਣਨਾ, ਕਿਸ ਰਿਸ਼ਤੇਦਾਰ ਨੂੰ ਨਹੀਂ ਪੈਸਾ ਦੇਣਾ, ਬੁਰੀ ਬਸ਼ੱਕ ਬਣ ਜਾ। ਤੈਨੂੰ ਫੇਰ ਮਿੱਟੀ ਪੈਰੀ ਹੋ ਕੇ ਚੱਲ ਜਾਨੀ ਆ, ਮੈਂ ਜਾਂਦਾ ਨਹੀਂ ਉੱਥੇ, ਚੱਲ ਜਾਨੀ, ਤੈਨੂੰ ਮਿੱਟੀ ਪੈਰੀ ਹੋ ਕੇ ਤੋੜ ਦਿੰਦੇ ਹੋ। ਜੋਬਨ ਮੇਰੀ ਗੱਲ ਤੇ ਸੁਣ ਲਾ, ਅੱਗੇ ਕਾਗਜ਼ ਖੜੇ ਸੀ ਗੌਰਵ ਨੇ, ਪਤਾ ਨਹੀਂ ਕੀ ਕੀਤਾ ਤੇ ਕੀ ਨਹੀਂ, ਮੁੰਡਾ ਵੀ 420 ਆ ਜੀ, ਉਹਨਾਂ ਨੂੰ ਲੱਗ ਗਿਆ ਪਤਾ ਤੇ ਪੈਪ ਟੱਟ ਜਾਣੇ ਇੱਥੇ। ਇਦੋਂ ਚੰਗਾ ਵਾ ਵੀ ਆਪਾਂ ਪਹਿਲਾਂ ਕੰਮ ਲਿਮਿਟ ਦੇ ਦੂ ਕੇ ਤੇ ਖਲਾਸ ਕਰ ਦਈਏ। ਅੱਛਾ, ਹੁਣ ਉਹਨਾਂ ਨੂੰ ਹਾਰ ਦੇ ਦੇ, ਮੁੜ ਕੇ ਹਾਰ ਲੱਭਦੀ ਰਹੀ। ਜੋਬਨ, ਤਾਂ ਤੇ ਮੈਂ ਤੁਹਾਡੀ ਸਲਾਹ ਲੈਣੀ ਸੀ, ਤੁਹਾਨੂੰ ਮੈਂ ਕਹਿੰਦਾ ਚੰਗੀ ਲੱਗੂ ਤੇ ਹਾਂ ਕਰਿਓ। ਨਹੀਂ, ਤੈਨੂੰ ਜਦੋਂ ਜਾਂਦਾ ਭਰਾ, ਤੇਰਾ ਤਾਂ ਭਰਜਾਈ ਇਹੀ ਗੱਲਾਂ ਸਮਝਾਏ ਕਰਦੇ ਆ, ਤੂੰ ਆ ਕੇ ਮੇਰੇ ਸਿਰ ਤੇ ਆ ਕੇ ਮੜਦੀ ਆ ਗੱਲਾਂ। ਮੇਰੀ ਗੱਲ ਸੁਣੋ, ਘਰਾਂ ਅਰਗੇ ਘਰ ਵਾ, ਨਿਆਣੇ ਪੜਨ ਡਏ ਆ, ਖਰਚੇ ਬੜੇ ਆ। ਉਹਨਾਂ ਦੇ ਖਰਚੇ ਤੇ ਸਾਡੇ ਖਰਚੇ ਨਹੀਂ ਪਤਾ ਲੱਗਦਾ, ਭੈਣ ਭਰਾ ਦਾ ਸੋਚਣਾ ਵੀ ਪੈਂਦਾ ਵਾ, ਪਤਾ ਨਹੀਂ ਕਿਹੜੇ ਵੇਲੇ। ਤੂੰ ਤੇ ਸਾਰੀ ਉਮਰ ਹੀ ਉਹਨਾਂ ਨੇ ਸੋਚੀ, ਮੇਰਾ ਨਾ ਕੋਈ ਸੋਚੀ। ਜੋਬਨ, ਮੈਂ ਤੁਹਾਡਾ ਸੋਚਦੀ ਆ, ਭੈਣ ਆ ਮੇਰੀ ਉਹ। ਮੇਰੀ ਗੱਲ ਤੇ ਸੁਣੋ, ਪਤਾ ਨਹੀਂ ਕਿਹੜੇ ਵੇਲੇ ਕਿਹਦੀ ਲੋੜ ਪੈ ਜਾਂਦੀ, ਆਂਦੇ ਆਂਦੇ ਗਲੀ ਦੇ ਕੱਖ ਦੀ ਵੀ ਲੋੜ ਪੈ ਜਾਂਦੀ, ਉਹ ਫੇਰ ਆਪਣੇ ਆ। ਉਹ ਸੁਣ ਮੇਰੀ ਗੱਲ, ਕਿੰਨੀ ਕੁ ਲੋੜ ਉਹਨਾਂ ਦੀ ਪੂਰੀ ਕਰੀਏ। ਉਹ ਚੱਲ ਕੋਈ ਨਹੀਂ ਬਾਬਾ, ਮੇਰਾ ਹੀ ਗਹਿਣਾ ਵਾ, ਤੁਸੀਂ ਕਾਹਨੂੰ ਇੰਨੇ ਔਖੇ ਹੀ ਜਾਂਦੇ ਜੇ? ਮੈਂ ਤਾਂ ਤੁਹਾਡੀ ਸਲਾਹ ਹੀ ਲਈ ਆ, ਮੈਂ ਉਹਨਾਂ ਨੂੰ ਇਹ ਗੱਲ ਆਖੀ ਵੀ ਤੁਹਾਡੇ ਜਵਾਈ ਤੋਂ ਬਗੈਰ ਮੈਂ ਇੱਧਰ ਤੋਂ ਉੱਧਰ ਨਹੀਂ ਹੋਣਾ। ਨਹੀਂ, ਤੂੰ ਤੇ ਮੇਰੀ ਸਲਾਹ ਲੈ ਲਈ, ਤੈਨੂੰ ਨਕਲੀ ਵਾਲੀਆਂ ਨਾ ਪਾ ਕੇ ਤੇ ਤੇਰਾ ਗਹਿਣਾ, ਇਹ ਜਿਹੜਾ ਵਿਆਹ ਤੇ ਪਾਇਆ ਮੁੰਡੇ ਵੀ ਨਕਲੀ ਜਾਂਦਾ ਸਾਰਾ। ਜੀ ਬਾਹਰ ਬੈਠੇ ਹੌਲੀ ਬੋਲੋ, ਉਹ ਤੇ ਅੱਗੇ ਹੀ ਪਤਾ ਤੁਹਾਨੂੰ, ਨੇੜੇ ਮਾਰ ਮਾਰ ਮੇਰਾ ਕੱਖ ਨਹੀਂ ਉਹਨੇ ਛੱਡਣਾ, ਜੇ ਉਹਨੂੰ ਪਤਾ ਲੱਗ ਗਿਆ ਵੀ ਇਹਨੇ ਵੀ ਪੈਲੀ ਤੇ ਲਿਮਿਟ ਚੁੱਕ ਤੇ ਇਹਨਾਂ ਨੂੰ ਪੈਸੇ ਦਿੱਤੇ ਆ, ਹੌਲੀ ਗੱਲ। ਨਹੀਂ, ਸ਼ਰਮ ਮੈਨੂੰ ਵੀ ਆਉਂਦੀ ਆ ਜੇ ਤੂੰ ਬੱਸੇ ਜਾਂਦੀ ਆ, ਹੈ ਮਾਤਾ ਸੱਚੀ ਬੋਲਦੀ ਆ। ਕੱਲ ਸਹੀ ਕੀ ਬੈਸੋ ਬੈਸੀ ਹੋਣ ਡਈ ਆ ਅੰਦਰ। ਤੇ ਲੈ ਮੇਰੀ, ਦਵਿੰਦਰ ਮੈਂ ਤੇਰੀਆਂ ਨਾ ਸਾਜਾਂ ਦੇ ਵਿੱਚ ਨਹੀਂ ਆਉਣਾ, ਸਿੱਧੀ ਜੀ ਗੱਲ ਆ, ਠੀਕ ਆ? ਜਿਹੜੀਆਂ ਗੱਲਾਂ ਤੂੰ ਕਰਦੀ ਨਾ ਮੈਂ ਨਹੀਂ ਹੋਣ ਦੇਣੀਆਂ, ਨਾ ਹੀ ਸੋਨਾ ਦੇਣਾ ਵਾ,
ਠੀਕ ਆ ਕਿਸਾਨ ਨਾਲ ਸਾਨੂੰ ਲੋੜ ਆ ਕੀ ਰੌਲਾ ਪੈਣ ਦਿਆ ਵਾ ਪੁੱਛ ਲੈ ਮਾਤਾ ਇਹਨੂੰ ਮੁੰਡਾ ਕਿਉਂ ਇੰਨਾ ਗੁੱਸੇ ਚ ਵਾ ਉਹ ਬੀਜੀ ਤੁਸੀਂ ਜੋ ਕਹਿ ਦਿੰਦੇ ਜੇ ਮੈਂ ਪੇਕੇ ਚਲ ਜਾਂਦੀ ਤੇ ਮਗਰੋਂ ਜਰ ਲਿਆ ਕਰੋ ਤੁਸੀਂ ਉਹਨੂੰ ਖਰੀਆਂ ਖਰੀਆਂ ਸੁਣਾਤੀਆਂ ਉਹ ਔਖਾ ਹੋਣ ਡਿਆ ਸੀ ਆਂਦਾ ਆਪਦੇ ਤੂੰ ਚਲ ਜਾਂਦੀ ਆ ਤੇ ਬੀਜੀ ਇੱਥੇ ਰੌਲਾ ਪਾਉਣ ਡਈ ਸੱਚੀਆਂ ਸੁਣਾਉਣੀ ਆ ਤੀਜੇ ਦਿਨ ਕੀ ਤਰ੍ਹਾਂ ਉੱਥੇ ਰੱਖਿਆ ਬੀਜੀ ਕੋਈ ਕੰਮ ਹੋਊਗਾ ਬੰਦਾ ਤਾਂ ਹੀ ਜਾਂਦਾ ਵਾ ਫਿਰ ਮੁੜ ਮੁੜ ਉਹ ਗੱਲ ਚਾਰ ਗੇੜੇ ਮਹੀਨੇ ਚ ਤੇਰੇ ਆ ਉੱਥੇ ਤੇ ਕੋਈ ਗੱਲ ਨੀ ਮੇਰੇ ਪੇਕੇ ਆ ਕਿਤੇ ਕਥੇਰੇ ਨੀ ਮੈਂ ਜਾਂਦੀ ਮੈਨੂੰ ਹਾਂ ਗੱਲਾਂ ਨੀ ਚੰਗੀਆਂ ਲੱਗਦੀਆਂ ਸਾਨੂੰ ਲੋਕਾਂ ਦੀਆਂ ਗੱਲਾਂ ਨੀ ਸੁਣੀਆਂ ਜਾਂਦੀਆਂ ਤੀਜੇ ਦਿਨ ਪੇਕਿਆਂ ਨੂੰ ਪਰਸ ਪਾ ਕੇ ਤੁਰ ਪੈਂਦੀ ਮੇਰੇ ਕੋਲ ਨੀ ਲੋਕਾਂ ਦੀਆਂ ਗੱਲਾਂ ਸੁਣੀਆਂ ਜਾਂਦੀਆਂ ਲੋਕੀ ਮੂੰਹ ਚੁੱਕ ਚੁੱਕ ਵੇਹਦੇ ਫਲਾਣੇ ਦੀ ਨੌ ਜਾਣਦੇ ਆ ਉਹ ਪੇਕੇ ਹੀ ਜਾਂਦੀ ਆ ਕਿਤੇ ਕਥੇਰੇ ਨੀ ਮੈਂ ਜਾਂਦੀ ਆ ਤੇਰੇ ਵਾਲੀ ਵਾਂਗੂ ਨੀ ਆ ਵੀ ਪੇਕੇ ਡੇਰਾ ਲਾ ਕੇ ਬਹਿ ਜਾਣਾ ਠੀਕ ਆ ਤੂੰ ਹੁਣ ਮੇਹਣਿਆਂ ਤੇ ਆ ਗਈ ਆ ਮੇਹਣਿਆਂ ਤੇ ਥੱਪੜ ਮਾਰਨਾ ਮੈਂ ਤੇਰੇ ਇੱਕ ਕੱਢ ਕੇ ਕੁੜੀ ਦਾ ਮੇਹਣਾ ਦਿੱਤਾ ਦੇ ਤੇ ਤੁਸੀਂ ਕਿੱਦਾਂ ਜੋਬਨ ਨੂੰ ਮਗਰੋਂ ਪੈਂਦੇ ਜੇ ਪੁੱਤ ਵਾ ਅਕਸਰ ਨੂੰ ਜਦੋਂ ਨਹੀਂ ਵਿਆਹੇ ਹੁੰਦੇ ਉਦੋਂ ਵੀ ਮਾਮਾ ਰੋਟੀ ਖਵਾਉਂਦੀਆਂ ਵਾ ਉਹਨੂੰ ਰੋਟੀ ਪਾ ਕੇ ਦੇ ਦਿੰਦੇ ਤੁਸੀਂ ਤੇ ਉਹਨੂੰ ਪਤਾ ਨੀ ਕਿੰਨੀਆਂ ਗੱਲਾਂ ਸੁਣਾਈਆਂ ਆਉਂਦਾ ਮੇਰੇ ਦੁਆਲੇ ਹੋ ਗਿਆ ਤੁਰ ਕੇ ਮੈਂ ਆਈ ਗਰਮੋ ਗਰਮੀ ਮੈਨੂੰ ਹੋਣਾ ਚਾਹੀਦਾ ਸੀ ਤੁਸੀਂ ਤੱਤੇ ਹੋਏ ਪਏ ਘਰ ਲੰਮੇ ਪਏ ਰੋਟੀ ਦੀ ਗੱਲ ਨੀ ਮੈਂ ਕੀਤੀ ਰੋਟੀ ਉਹ ਖਾ ਕੇ ਹੀ ਗਿਆ ਵਾ ਤੂੰ ਜੋ ਕੁੜੀ ਦੇ ਮਿਹਣੇ ਮਾਰਦੀ ਆ ਮੁੜ ਮੁੜ ਕੇ ਉਹਦੇ ਵਰਗਾ ਰੱਬ ਕਿਸ ਨੂੰ ਕਰੇ ਨਾ ਤੇ ਧੀ ਨੇ ਇੱਥੇ ਦਾ ਆਪਣਾ ਕਮਾਉਂਦੀ ਆਪਣਾ ਖਾਂਦੀ ਤੂੰ ਕੀ ਦੇਣ ਡਈ ਉਹਨੂੰ ਕੀ ਦੇਣ ਡਈ ਆ ਗੱਲਾਂ ਨੂੰ ਬੱਤੀ ਬੱਤੀ ਕਰ ਲਈਆਂ ਮਗਰੋਂ ਜੇ ਮੈਂ ਚਲੀ ਗਈ ਆ ਤੇ ਤੂੰ ਸਾਡੇ ਜਖਮਾਂ ਦੇ ਲੂਣ ਮਲਦੀ ਆ ਮੈਂ ਨੀ ਮਲਦੀ ਮੈਂ ਸਹੀ ਗੱਲ ਕਹਿਣੀ ਆ ਜੇ ਮੈਂ ਵੀ ਉੱਥੇ ਆਪਣੇ ਪੇਕੇ ਬੈਠੀ ਆਵਾਂ ਤੇ ਮੈਨੂੰ ਲੋੜ ਹੀ ਨੀ ਪਰਸ ਪਾ ਕੇ ਇੱਧਰ ਉੱਧਰ ਜਾਣ ਦੀ ਮੈਂ ਵੀ ਉੱਥੇ ਬੈਠੀ ਰਹਾਂ ਜਾ ਕੇ ਤੁਹਾਡਾ ਤੇ ਗੱਲ ਕਰਨੀ ਬੇਕਾਰ ਆ ਖਪੀ ਸਤੀ ਮੈਂ ਉੱਥੋਂ ਆਈ ਆ ਤੇ ਆਉਂਦਿਆਂ ਨੂੰ ਇਹਨਾਂ ਦਾ ਢਿੰਡ ਚ ਕਾਨਾ ਪਾ ਕੇ ਬੈਠੇ ਕਿਹੋ ਜਿਹਾ ਖਪਾ ਪਾਏ ਤੁਸੀਂ ਉੱਥੇ ਕੀ ਪਤਾ ਕਿਹੋ ਜਿਹਾ ਖਪਾ ਪਾਏ ਜਦ ਕਰਦੀ ਤਬਦੀ ਤੈਨੂੰ ਕਿਉਂ ਕਮਾਉਂਦੇ ਤਮਾਉਂਦੇ ਹੋ ਬੈਠੀ ਮੇਰੀ ਸੀ ਇਹਦਾ ਰੱਬ ਕਿਸੇ ਨੂੰ ਬਾਲੇ ਹੀ ਨਾ ਜਿੱਦਾਂ ਉਹ ਬੈਠੀ ਹੈਗੀ ਪੈ ਗਿਆ ਜੇ ਗੌਰਵ ਕੀ ਗੱਲ ਹੋਈ ਨਾ ਗੁੱਸੇ ਚ ਕਿਉਂ ਕੀ ਗੱਲ ਹੋਈ ਆ ਰੋਣ ਕਿਉਂ ਨਿਆ ਕੀ ਗੱਲ ਹੋਈ ਗੱਲ ਤੇ ਦੱਸ ਕਿ ਮੇਰੇ ਜੀ ਨੂੰ ਕੁਛ ਕਰਨਾ ਹੀ ਆ ਚਾਚੇ ਨੇ ਸਾਡੇ ਬੜੀ ਵੱਡੀ ਚਾਲ ਖੇਡੀ ਆ ਚਾਚੇ ਨੇ ਚਾਲ ਖੇਡੀ ਕੋ ਦੱਸੇਗਾ ਵੀ ਆਪਾਂ ਕਾਹੇ ਲੁਕੇ ਰਹਿ ਗਈ ਆਪਣੀ ਜ਼ਮੀਨ ਹੋਏ ਰੱਬਾ ਫੇਰ ਉਹ ਗੱਲ ਇਹਨੇ ਮੈਨੂੰ ਕੋ ਕਰਨਾ ਹੀ ਆ ਮੈਨੂੰ ਸਿੱਧੀ ਸਿੱਧੀ ਗੱਲ ਦੱਸ ਕੀ ਗੱਲ ਹੋਈ ਆ ਮੇਰੀ ਕੋ ਜਾਨ ਲੈਣੀ ਆ ਚੁੱਪ ਕਰ ਪਹਿਲੇ ਚੁੱਪ ਕਰ ਕੀ ਗੱਲ ਹੋਈ ਮੈਂ ਕਾਗਜ ਵਿਖਾਏ ਤੇ ਸਾਡੀ ਬਾਣੀ ਦੇ ਕਾਗਜ਼ਾਂ ਦੇ ਉੱਤੇ ਚਾਚੇ ਨਾਲ ਲਿਮਟ ਚੁੱਕੀ ਆ ਕੀ 3.5 ਲੱਖ ਦੀ ਲਿਮਟ ਆ ਸਾਡੀ ਪਿਆਲੀ ਤੇ ਗਈ ਆਪਣੀ ਪਿਆਲੀ ਹੁਣ
ਕੀਤਾ ਜੋਬਨ ਨੇ। ਚੁੱਪ ਕਰ ਜਾ, ਉਹਨੇ ਨਿਆਣੇ ਵਾਂਗੂ ਰੋਈ ਨਾ ਜਾ। ਤੇ ਕੀ ਕਰਾਂ ਹੁਣ ਮੈਂ? ਗੱਲ ਸੁਣ, ਸਾਡੀ ਪੈਲੀ ਤੇ ਲਿਮਟ ਕਿੱਦਾਂ ਚੁੱਕ ਲੈਂਦੇ ਜੋਬਨ ਨੇ? ਜਦ ਕੋਈ ਜੋਬਨ ਹੋਣਾ ਏਦਾਂ ਥੋੜੀ ਚੁੱਕ ਲਈਦੀ। ਤੇਰੇ ਨਾਲ ਪ੍ਰੂਫ ਲੱਗਣੇ ਸੀ, ਤੇਰੇ ਸਾਈਨ ਹੋਣੇ ਸੀ, ਕਿੰਨੇ ਡਾਕੂਮੈਂਟ ਹੁੰਦੇ ਆ। ਮੈਨੂੰ ਨਹੀਂ ਪਤਾ ਸਾਰਾ ਕੁਝ ਕਿੱਦਾਂ ਆਇਆ, ਮੈਨੂੰ ਨਹੀਂ ਕੁਝ ਸਮਝ ਆਉਣ ਡਿਆ। ਪਰ ਉਹਨਾਂ ਲਿਮਟ ਚੁੱਕੀ ਆ ਰਹੇ, ਉਹ ਵੀ ਸਾਡੀ ਪੈਲੀ ਤੇ। 3.5 ਲੱਖ ਦੀ ਲਿਮਟ ਆ, ਵਿਆਜ ਪੈ ਕੇ 4.5 ਲੱਖ ਰੁਪਇਆ ਬਣਿਆ ਵਾ, 1 ਲੱਖ ਰੁਪਇਆ ਉੱਤੇ ਵਿਆਜ ਪਿਆ ਵਾ। ਕਿੰਨੇ ਦੇਣਾ 4.5 ਲੱਖ ਰੁਪਇਆ ਸਾਨੂੰ? ਅੱਛਾ, ਤੇ ਸਾਡੀ ਪੈਲੀ ਦੇ ਉੱਤੇ ਠੀਕ ਆ, ਤਾਂ ਤੇਰੇ ਸਾਈਨ ਹੀ। ਪਰ ਤੂੰ ਸਾਈਨ ਕਦੋਂ ਕੀਤੇ ਤੇ ਕਿੱਥੇ ਕੀਤੇ? ਪਤਾ ਨਹੀਂ ਮੈਂ ਸਾਈਨ ਕਦੋਂ ਕੀਤੇ ਭੂਈ, ਮੈਨੂੰ ਤਾਂ ਕੁਛ ਨਹੀਂ ਪਤਾ ਲੱਗਾ। ਜਦੋਂ ਉਹਨੇ ਮੈਨੂੰ ਦੱਸਿਆ ਨਾ, ਮੇਰੇ ਤੇ ਪੈਰਾਂ ਥੱਲੋਂ ਜ਼ਮੀਨ ਹੀ ਖਿਸਕ ਗਈ। ਪਰ ਗੌਰਵ, ਜਿਹੜੀ ਤੇਰੇ ਹਿੱਸੇ ਦੀ ਜ਼ਮੀਨ ਆ, ਤੇਰੇ ਸਾਈਨਾਂ ਤੋਂ ਬਗੈਰ ਕੋਈ ਲਿਮਟ ਉੱਥੇ ਚੁੱਕ ਹੀ ਨਹੀਂ ਸਕਦਾ। ਤੇ ਮੇਰੇ ਸਾਈਨ ਹੋਏ, ਮੈਨੂੰ ਹੁਣ ਇਹ ਨਹੀਂ ਪਤਾ ਮੈਂ ਸਾਈਨ ਕੀਤੇ ਕਦੋਂ ਆ। ਮੇਰੀ ਗੱਲ ਸੁਣ ਗੌਰਵ, ਤੂੰ ਚੰਗੀ ਤਰ੍ਹਾਂ ਵੇਖਿਆ ਸਾਈਨ ਤੇਰੇ ਆ? ਉਹ ਭੂਈ, ਮੈਨੂੰ ਵੀ ਨਹੀਂ ਯਕੀਨ ਆਉਣ ਡਿਆ, ਸਾਈਨ ਮੇਰੇ ਹੀ ਆ, ਕਾਗਜ਼ ਵੀ ਸਾਡੀ ਪੈਲੀ ਦੇ ਹੀ ਆ। ਭੂਈ, ਇਹੋ ਜਿਹਾ ਸਾਡੇ ਕੋਲ ਥੋੜ੍ਹੀ ਜਿਹੀ ਹੈਗੀ ਸੀ ਪੈਲੀ, ਇੱਥੇ ਆ ਸੀ ਵੀ ਚਲੋ ਪੈਸੇ ਚੁੱਕ ਕੇ ਜਾਂ ਕੁਛ ਕਰਕੇ ਬਾਅਦ ਦਾ ਚੱਲ ਜਾਂਗੇ, ਕੋਈ ਕੰਮ ਕਰ ਲਾਂਗੇ। ਹੁਣ ਤੇ ਅਸੀਂ ਕਾਹੇ ਜੋਗੇ ਨਹੀਂ ਰਹਿ ਗਏ, ਕੀ ਕਰਾਂਗੇ ਅਸੀਂ? ਗੌਰਵ, ਚੁੱਪ ਕਰ ਜਾ, ਮੈਨੂੰ ਤਾਂ ਏਦਾਂ ਘਬਰਾਹਟ ਜਿਹੀ ਹੁੰਦਾ ਵੀ ਹਜੇ ਜੋਬਨ ਨੇ ਕੀ ਕੀਤਾ। ਹਜੇ ਜੋਬਨ ਇੰਨਾ ਮਾੜਾ ਹੋ ਦਿਲ ਦਾ, ਛੋਟੀਆਂ ਮੋਟੀਆਂ ਗੱਲਾਂ ਤਾਂ ਦਵਿੰਦਰ ਦੀ ਮੇਰੇ ਨਾਲ ਕਈ ਇਹਦੀ ਪਹਿਲਾਂ ਵਿਆਹਬਾਜ਼ੀ ਹੋ ਜਾਂਦੀ ਹੁੰਦੀ ਸੀ, ਪਰ ਫਿਰ ਵੀ ਜੋਬਨ ਮੇਰਾ ਵੀਰ ਆ, ਤੂੰ ਉਹਦੇ ਭਰਾ ਦਾ ਖੂਨ ਆ। ਮੇਰਾ ਦਿਲ ਨਹੀਂ ਮੰਨਣ ਡਿਆ ਗੌਰਵ, ਤੂੰ ਕੀ ਕਹਿਣ ਡਿਆ? ਮੈਨੂੰ ਕੋਈ ਸਮਝ ਨਹੀਂ ਆਉਂਦੀ, ਨਾਲੇ ਘਰ ਦੇ ਵਿੱਚ ਇੱਦਾਂ ਦਾ ਕਦੀ ਕੋਈ ਕੰਮ ਪਿਆ ਹੀ ਨਹੀਂ ਕਿ ਸਾਨੂੰ ਲਿਮਟ ਚੁੱਕਣੀ ਪੈ ਜੇ। ਸੁੱਖ ਦੇ ਨਾਲ ਗੌਰਵ ਵੀ ਜੋਬਨ ਸੋਹਣਾ ਕਮਾਉਂਦਾ ਵਾ, ਸਾਰਾ ਕੁਛ ਉਹਦੇ ਕੋਲ, ਫਿਰ ਕਾਹਦੇ ਵਾਸਤੇ ਇੱਡਾ ਵੱਡਾ ਉਹਨੇ ਕੰਮ ਕਰਨਾ ਸੀ? ਸਾਡੀ ਪੈਲੀ ਤੇ ਉਹਨੂੰ ਨਹੀਂ ਪਤਾ ਵੀ ਕੱਲ੍ਹ ਨੂੰ ਪਤਾ ਲੱਗ ਗਿਆ ਤੇ ਇਹ ਗੱਲ ਖੁੱਲੀ ਤੇ ਕਿੰਨੀ ਸ਼ਰਮ ਦੀ ਗੱਲ। ਮੈਂ ਰਿਸ਼ਤੇਦਾਰਾਂ ਨੂੰ ਕੀ ਜਵਾਬ ਦਊਂਗਾ? ਰਿਸ਼ਤੇਦਾਰਾਂ ਨੂੰ ਕੀ ਜਵਾਬ ਦੇਣਾ ਵਾ, ਉਹ ਤੇ ਗੱਲ ਕੋਲ ਇੱਦਾਂ ਠੰਡੀ ਹੋਣੀ। ਗੱਲ ਤੇ ਹੋਣੀ ਆ, 4.5 ਲੱਖ ਰੁਪਇਆ ਕੌਣ ਦਊ ਤੇ ਕਦੋਂ ਸਾਡੀ ਪੈਲੀ ਛੁੱਟੀ, ਕਦੋਂ ਮੇਰਾ ਪਾਲ ਦਾ ਕੰਮ ਬਣੂਗਾ? ਮੈਂ ਤੇ ਰਹਿ ਗਿਆ ਨਾ ਇੱਥੇ ਧੱਕਿਆਂ ਜੋਗਾ ਹੀ। ਅੱਛਾ, ਤੇ ਇਸੇ ਕਰਕੇ ਮੈਂ ਜਦੋਂ ਤੇਰਾ ਬਾਹਰ ਦੇ ਜਾਣ ਦਾ ਨਾਂ ਲੈਂਦੀ ਸੀ ਵੀ ਗੌਰਵ ਦਾ ਬਾਹਰ ਦਾ ਕੰਮ ਬਣਾਉਣਾ ਵਾ, ਉਦੋਂ ਹੀ ਦਵਿੰਦਰ ਹੁਣ ਇਹ ਗੱਲ ਕਹਿੰਦੇ ਹੁੰਦੇ ਸੀ ਵੀ ਪੈਲੀਆਂ ਪਾਈਆਂ ਗਹਿਣੇ ਗੁਣੇ ਛੁੱਟਦੀਆਂ ਨਹੀਂ ਹੁੰਦੀਆਂ, ਇੱਥੇ ਇਹਨੂੰ ਕੋਈ ਕੰਮ ਕਰ ਦੇ, ਇੱਥੇ ਇਹਨੂੰ ਕੋਈ ਦੁਕਾਨ ਦਕੂਨ ਪਾ ਦੇ। ਹੋਰ ਕੀ ਆ, ਮੈਂ ਵੀ ਆਖਾਂ ਵੀ ਗੌਰਵ ਦੇ ਬਾਹਰ ਜਾਣ ਦੇ ਵਿੱਚ ਇਹਨਾਂ ਨੂੰ ਕੀ ਦਿੱਕਤ ਵਾ? ਗੌਰਵ, ਜਿਹੜਾ ਇਹਨਾਂ ਨੇ ਕੰਮ ਕਰ ਦਿੱਤਾ ਵਾ ਨਾ, ਭਾਵੇਂ ਮਿਲਣ ਤੇ ਭਾਵੇਂ ਸਾਨੂੰ ਨਾ ਮਿਲਣ, ਇੱਕ ਵਾਰੀ ਇਹਨਾਂ ਨੂੰ ਦਿਨੇ ਤਾਰੇ ਵਿਖਾ ਲੈਣੇ, ਜੋ ਮਰਜ਼ੀ ਹੋ ਜੇ, ਭੈਣ ਭਰਾ ਹੋਣਗੇ ਤੇ ਰਾਹ ਰਾਹ ਦੇ ਹੋਣਗੇ, ਢਿੱਡਾਂ ਨੂੰ ਢਿੱਡ ਖਾਣ ਡੈ ਪਏ। ਹਜੇ ਇੰਨੇ ਧੋਖੇ ਬਾਜ ਗਏ, ਇੰਨਾ ਮਾੜਾ ਸੋਚਣਾ? ਚਾਚਾ ਕਿੱਥੇ ਆ? ਨਾ ਤੈਨੂੰ ਇਹਨਾਂ ਨੇ ਪਾਲਿਆ, ਚਾਚਾ ਕਿੱਥੇ ਆ? ਨਹੀਂ, ਨਾ ਤੈਨੂੰ ਇਹਨਾਂ ਨੇ ਪਾਲਿਆ, ਨਾ ਅੱਜ ਤੱਕ ਸਾਨੂੰ ਕੋਈ ਖਰਚਾ ਦਿੱਤਾ, ਚੁੱਕ ਕੇ ਇਹਦੇ ਜਾਲੇ ਲਾ ਕੇ ਇੱਥੇ ਬਾਲ ਦਿੱਤਾ, ਕਿਤੇ ਸਾਡੇ ਕੋਲ ਕਿਹੜਾ ਕੁਛ ਹੈਗਾ, ਅਸੀਂ ਤੇ 2 ਰੋਟੀਆਂ ਮਰ ਕੇ ਖਾਂਦੇ ਰਹੇ, ਕਿਤੇ ਇੱਕ ਅੰਦਰ ਵੀ ਸਾਡੇ ਕੋਲ ਪਲਸਤਰ ਨਹੀਂ ਕਰਾਇਆ ਗਿਆ, ਜਿੱਥੇ ਅਸੀਂ ਆਇਆ ਗਿਆ ਬਾਲ ਲੈਣਾ ਵਾ। ਜਦੋਂ ਅਸੀਂ ਇਹਨਾਂ ਨੂੰ ਕੋਈ ਦੁੱਖ ਨਹੀਂ ਤਕਲੀਫ ਨਹੀਂ, ਕੰਮ ਕਹਿਣਾ ਤਾਂ ਕਰਾਉਂਦੇ ਹਾਂ, ਤੇ ਫਿਰ ਵੀ ਇੱਕ ਬੰਦਾ ਇੰਨਾ ਮਾੜਾ ਕਰੇ, ਕਹਿੰਦੇ ਵੀ ਸੁਣੋ ਤਾਂ ਜੇ ਕੋਈ ਕਸੂਰ ਹੋਵੇ, ਤੇ ਜੇ ਕੋਈ ਕਸੂਰ ਨਹੀਂ ਫਿਰ ਚਾਰ ਸੁਣਾ ਕੇ ਛੱਡੋ, ਇਹਨਾਂ ਨੂੰ ਪਤਾ ਲੱਗੇ ਇੱਕ ਵਾਰੀ ਵੀ ਧੋਖਾ ਕਿੱਥੇ ਕਰੀਦਾ ਤੇ ਕਿਹਦੇ ਨਾਲ ਕਰੀਦਾ। ਕੋਈ ਮੈਂ ਕਹਿੰਦਾ ਚਾਚਾ ਕਿੱਥੇ ਆ? ਘਰੇ ਹੋਣਾ ਵਾ, ਦੋਵੇਂ ਜਾਂਦੇ। ਮੇਰੀ ਗੱਲ ਸੁਣ, ਗੱਲ ਸੁਣ।